ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਲੋਕਾਂ ਦੀ ਪੋਪੂਲੇਸ਼ਨ ਤਾਂ ਘਟ ਰਹੀ ਆ 2021 ਦੇ ਵਿੱਚ 117552 ਲੋਕ ਹਿਊਮਨਸ ਇਥੋਂ ਮੂਵ ਹੋ ਗਏ ਪਰ ਰੈਟਲਸ ਸਨੇਕਸ ਜਿਹੜੇ ਚੂਹੇ ਖਾਣ ਵਾਲੇ ਸੱਪ ਹੁੰਦੇ ਆ ਉਹਨਾਂ ਦੀ ਪੋਪੂਲੇਸ਼ਨ ਬੂਮਿੰਗ ਆ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ ਕਹਿੰਦੇ ਵੀ ਇੱਕ ਰੈਟਲਸ ਸਨੇਕ ਜਿਹੜਾ ਆ ਉਹ 130 ਦੇ ਕਰੀਬ ਡਿਫਰੈਂਟ ਟੌਕਸਿਨਸ ਛੱਡ ਦਿੰਦਾ ਹੈ ਜਦੋਂ ਜੇ ਤੁਹਾਨੂੰ ਉਹ ਵਾਈਟ ਕਰਦਾ ਹੈ ਜੇ ਉਹ ਤੁਹਾਨੂੰ ਕਿਤੇ ਨਾ ਕਿਤੇ ਡੰਗ ਮਾਰਦਾ ਹੈ ਕੈਲਪੋਲੀ ਸੈਨ ਲੂਇਸ ਯੂਨੀਵਰਸਿਟੀ ਆਫ ਮਿਸ਼ੀਗਨ ਨੇ ਇਹ ਸਟੱਡੀ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ 7 ਸਪੀਸੀਜ਼ ਰੈਟੋਸਨੇਕਸ ਦੀਆਂ ਕੈਲੀਫੋਰਨੀਆ ਦੇ ਵਿੱਚ ਲੱਭੀਆਂ ਆ ਤੇ ਫਾਸਟੈਸਟ ਗਰੋਇੰਗ ਹੈਗੀਆਂ ਆ ਇਹਦਾ ਮੇਨ ਕਾਰਨ ਕਲਾਈਮੇਟ ਚੇਂਜ ਹੈਗਾ ਸੈਨ ਫ੍ਰਾਂਸਿਸਕੋ ਏਰੀਆ ਵਾਲਿਆਂ ਨੂੰ ਬੜਾ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਥੋੜਾ ਠੰਡਾ ਏਰੀਆ ਪਰ ਬਾਕੀ ਜਿਸ ਤਰ੍ਹਾਂ ਜਿੱਥੇ ਗਰਮੀ ਹੈਗੀ ਆ ਸੈਂਟਰਲ ਵੈਲੀ ਆ ਹੋਰ ਏਰੀਆ ਵੇਕਰਸਫੀਲਡ ਲਾਸ ਐਂਜਲਸ ਆ ਉਥੇ ਸੱਪਾਂ ਦੀ ਗਿਣਤੀ ਬਹੁਤ ਵੱਧ ਰਹੀ ਆ ਕਹਿੰਦੇ ਵੀ ਜਿੱਥੇ 86 ਤੋਂ ਲੈ ਕੇ 99 ਡਿਗਰੀ ਤੱਕ ਦਾ ਟੈਂਪਰੇਚਰ ਆ ਉਥੇ ਰੈਟਲ ਸਨੇਕਸ ਆ ਜਿਆਦਾ ਲੱਭ ਰਹੇ ਆ ਸੋ ਬਹੁਤ ਵਾਰ ਆਪਾਂ ਪਾਰਕਾਂ ਦੇ ਵਿੱਚ ਤੁਰਨ ਫੇਰ ਜਾਣੇ ਹੈਗੇ ਆ ਪਹਾੜੀ ਤੇ ਜਾਣੇ ਆ ਸੋ ਕਹਿੰਦੇ ਵੀ ਧਿਆਨ ਰੱਖੋ ਜਦੋਂ ਵੀ ਤੁਸੀਂ ਤੁਰਦੇ ਹੈਗੇ ਆ ਕਿਤੇ ਕੋਈ ਪੈਰ ਦੇ ਥੱਲੇ ਤੁਹਾਡੇ ਸੱਬ ਨਾ ਆ ਜਾਏ ਸੋ ਕਿਉਂਕਿ ਇਹਨਾਂ ਦੀ ਪੋਪੂਲੇਸ਼ਨ ਕਾਫੀ ਵਧੀ ਹੋਈ ਹੈਗੀ ਆ ਇਹ ਜਿਹੜੀ ਖਬਰ ਆ ਇੱਥੋਂ ਕੈਲੀਫੋਰਨੀਆ ਤੋਂ ਆ ਰਹੀ ਹੈਗੀ ਆ ਬਈ ਕੁਰਸੀਆਂ ਥੱਲੇ ਦੇਖੋ ਕਿਤੇ ਕੁਛ ਇਦਾਂ ਦੀ ਚੀਜ਼ ਛੇੜੀ ਉਹ ਨਾ ਹੋਵੇ ਬਚ ਕੇ ਰੈਟਲ ਸਨੇਕ ਦਾ ਹੈ ਵੀ ਰੈਟਲ ਕਰਦਾ ਹੈ ਉਹਦੀ ਪੂੰਛ ਦੇ ਪਿੱਛੇ ਐ ਜਿੱਦਾਂ ਸ਼ਣਕਣਾ ਜਿਹਾ ਲਗਾ ਉਹ ਆਵਾਜ਼ ਜਿਹੜੀ ਉਹ ਹਮੇਸ਼ਾ ਕਰਦਾ ਰਹਿੰਦਾ ਆ ਇਹ ਵਾਈਪਰ ਕੈਟੇਗਰੀ ਦੇ ਵਿੱਚ ਜਿਹੜੇ ਵੈਨਮਸ ਸਨੇਕ ਆਉਂਦੇ ਨੇ ਤੇ ਜੇ ਤੁਹਾਨੂੰ ਇਹ ਡੰਗ ਮਾਰਦੇ ਨੇ ਤੇ ਉਹ ਜ਼ਹਿਰੀਲੇ ਹੁੰਦੇ ਨੇ ਤੇ ਤੁਹਾਨੂੰ ਫੀਟਲ ਵੀ ਹੋ ਸਕਦਾ ਹੈ ਜੇ ਜਿਆਦੀ ਮਾਤਰਾ ਦੇ ਵਿੱਚ ਹੋਵੇ ਪਰ ਕਿਉਂਕਿ ਅਚਾਨਕ ਵਜਿਆ ਹੋਇਆ ਡੰਗ ਫਿਰ ਕਈ ਦੀ ਬਹੁਤ ਮੁਸ਼ਕਲ ਹੁੰਦੀ ਤੁਹਾਡੇ ਲਾਗੇ ਸ਼ਾਗੇ ਜੇ ਕੋਈ ਨਾ ਹੋਵੇ ਸੋ ਜਿਆਦਾ ਕੇਅਰ ਕਰੋ ਸੈਰ ਕਰਨ ਜਾਂਦੇ ਹੋ ਜਿੱਥੇ ਵੀ ਜਾਂਦੇ ਹੋ ਬੈਕਯਾਰਡਸ ਫਰੰਟਯਾਰਡਸ ਦੇ ਵਿੱਚ ਇਸ ਦੇ ਉੱਤੇ ਧਿਆਨ ਦਿਓ ਆਪਣੇ ਨਿਆਣਿਆਂ ਨੂੰ ਦੱਸੋ ਵੀ ਦਿਖਾਉਣਾ ਪੈਣਾ ਤੁਹਾਨੂੰ ਵੀ ਭਾਈ ਇਹ ਕਿਦਾਂ ਦਾ ਦੇਖਦਾ ਤੇ ਇਸ ਤੋਂ ਵਿਚਾਰ ਰੱਖਣਾ ਇਹ ਨਹੀਂ ਆ ਕਈ ਨਿਆਣੇ ਬੜੇ ਇਦਾਂ ਦੇ ਹੁੰਦੇ ਵੀ ਜਾ ਕੇ ਜਿਹੜੀ ਵੀ ਚੀਜ਼ ਹੱਥ ਆਈ ਉਹਨੂੰ ਫੜ ਲਓ ਉਹਦੇ ਵੱਲ ਨੂੰ ਇਦਾਂ ਜਿਹੜਾ ਉਹ ਨਾ ਜਾਣ ਉਸ ਤੋਂ ਬਚ ਕੇ ਜਿਹੜੇ ਉਹ ਰਹਿਣ ਦੀ ਜ਼ਰੂਰਤ ਹੈ 기ਆ ਜੀ ਖਾਸ ਕਰਕੇ ਘਰਾਂ ਦੇ ਵਿੱਚ ਤੁਹਾਡੇ ਪੱਥਰ ਪਏ ਹੁੰਦੇ ਆ ਮਿੱਟੀ ਇਕੱਠੀ ਆ ਉਹਨਾਂ ਤੋਂ ਜਾਂ ਜਿੱਥੇ ਲੱਕੜੀਆਂ ਇਕੱਠੀਆਂ ਹੈਗੀਆਂ ਉਹ ਜਦੋਂ ਤੁਸੀਂ ਕਲੀਨ ਅਪ ਕਰਦੇ ਹੈਗੇ ਆ ਪੱਤੇ ਵਗੈਰਾ ਡਿਗੇ ਆ ਕਹਿੰਦੇ ਵੀ ਉਹਨਾਂ ਦੇ ਵਿੱਚ ਬਹੁਤ ਧਿਆਨ ਰੱਖੋ ਐਲ ਏ ਲਾਸ ਐਂਜਲਸ ਕਾਉਂਟੀ ਪਬਲਿਕ ਹੈਲਥ ਡਿਪਾਰਟਮੈਂਟ ਨੇ ਕਿਹਾ ਕਿ 250 ਦੇ ਕਰੀਬ ਕੈਲੀਫੋਰਨੀਅਨਸ ਹਰ ਸਾਲ ਸੱਪ ਦੇ ਨਾਲ ਕੱਟੇ ਜਾਂਦੇ ਹੈਗੇ ਆ ਸੋ ਇਹ ਮੈਓ ਕਲੀਨਿਕ ਆ ਉਹਨਾਂ ਨੇ ਦੱਸਿਆ ਹੈਗਾ ਸਮਰ ਦੇ ਵਿੱਚ ਸੱਪ ਬਹੁਤ ਜ਼ਿਆਦਾ ਕੈਲੀਫੋਰਨੀਆ ਚ ਦੇਖੇ ਗਏ ਜਿਹੜਾ ਤਾਪਮਨ ਤੋਂ ਹੀ ਦੱਸਿਆ ਤੇ ਹਰਜੋਤ ਸਿੰਘ ਜੀ ਸਾਡੇ ਵਾਲੇ ਇਲਾਕੇ ਚ ਇਧਰ ਫਰੇਜ਼ਨੋ ਕਾਉਂਟੀ ਚ ਸੈਨ ਮਕੀਨ ਇਹ ਸਾਰੇ ਕਾਉਂਟੀਆਂ ਦੇ ਵਿੱਚ ਕਰਨ ਕਾਉਂਟੀ ਦੇ ਵਿੱਚ ਇਹ ਤਾਪਮਨ ਆਮ ਹੀ ਰਹਿੰਦਾ ਹੈ ਸੋ ਭਾਈ ਨਜ਼ਰ ਜਿਹੜਾ ਆ ਇਸ ਤੇ ਜ਼ਿਆਦਾ ਪੜਾ ਕੇ ਰੱਖਿਓ ਸਮਾ ਵੀ ਆਪਣੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਉਹ ਹੁਣ ਸਮਾਪਤ ਹੈਗਾ ਆ ਜਾਣ ਤੋਂ ਪਹਿਲਾਂ ਅੱਜ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਅੱਜ ਬਿਗ ਡੇ ਰਿਹਾ ਇਨਵੈਸਟਰਸ ਦੇ ਲਈ ਇਨਵੈਸਟਮੈਂਟ ਅੱਜ ਜਿਆਦਾ ਹੋਈ ਹੈ ਸਟਾਕ ਮਾਰਕੀਟ ਚ ਅੱਜ ਮਾਰਕੀਟ ਛਾਲਾ ਮਾਰੀ ਆ ਸੋ ਡਾਉ ਜੋਨਸ ਦੇ ਵਿੱਚ ਅੱਜ 500 ਤੇ 17 ਪੁਆਇੰਟਾਂ ਦਾ ਵਾਧਾ ਦਰਜ ਕੀਤਾ ਗਿਆ 32637 ਤੇ ਬੰਦ ਹੋਇਆ ਐਸ ਐਨ ਪੀ 79 ਪੁਆਇੰਟ ਵਧ ਕੇ 4058 ਤੇ ਨੈਸਟੈਕ 306 ਪੁਆਇੰਟ ਵਧ ਕੇ 11741 ਤੇ ਬੰਦ ਹੋਇਆ ਸੋਨੇ ਦਾ ਭਾਅ 1847 ਡਾਲਰ ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ 114 ਡਾਲਰ ਪ੍ਰਤੀ ਬੈਰਲ, 2 ਟੂ 10 ਇਅਰ ਯੀਲਡ 2.758% ਤੇ ਕ੍ਰਿਪਟੋ ਕਰੰਸੀਸ ਤੇ ਬਿਟਕੋਇਨ 29000 ਤੇ 48 ਯੂ ਐਸ ਡਾਲਰ ਦੇ ਬਰਾਬਰ। ਜੀ। 1 ਯੂ ਐਸ ਡਾਲਰ ਦੀ ਕੀਮਤ ਇੰਡੀਆ ਦੇ 77 ਰੁਪਏ ਤੇ 67 ਪੈਸੇ ਦੇ ਬਰਾਬਰ ਰਹੀ ਹੈ। 1 ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ ਤੇ 28 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਸਾਡੇ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਹੈ ਮੇਰੇ ਰਾਜਕਨ ਬੀ ਸਿੰਘ along ਤੇਰਜੋ ਸਿੰਘ ਵੱਲੋਂ ਤੁਹਾਨੂੰ ਸਭ ਨੇ ਪਿਆਰ ਸਤਿਕਾਰ ਸਹਿਣਗੀ ਜਹੀ ਸਤਿ ਸ੍ਰੀ ਅਕਾਲ ਯੂਨੀਵਰਸਲ ਹਾਸੇ ਖੇਲ ਦੇ ਦੋਸਤ